ਸ਼ੁਰੂ ਕਰੋ। ਵੈਰੀ ਗੁੱਡ। ਚਲੋ ਚਲੋ ਚਲੋ। ਜੈਨ ਦੋਸਤੋ, ਮੈਂ ਪ੍ਰੀਤਮ ਸਿੰਘ, ਪ੍ਰੀਤਮ ਪਟਾਰੀ ਦਾ ਫਾਊਂਡਰ ਇੰਸਟ੍ਰਕਟਰ। ਤੁਸੀਂ ਦੇਖ ਰਹੇ ਹੋ ਬੱਚਿਆਂ ਦਾ ਅੱਜ ਹਾਈ ਜੰਪ। ਤੁਸੀਂ ਅੱਜ ਕਮੈਂਟ ਕਰਕੇ ਦੱਸਣਾ ਮੈਨੂੰ ਪੰਜਾਬ ਪੁਲਿਸ ਦੇ ਵਿੱਚ ਹਾਈ ਜੰਪ ਮੁੰਡਿਆਂ ਦਾ ਕਿੰਨਾ ਹੁੰਦਾ ਹੈ। ਠੀਕ ਹੈ ਜੀ, ਜਿਹਦਾ ਵੀ ਬੱਚਾ ਬੈਸਟ ਕਮੈਂਟ ਕਰੂਗਾ, ਜਿਹਨੂੰ ਪਤਾ ਹੋਏਗਾ, ਜਿਹੜੇ ਤਿਆਰੀ ਕਰ ਰਹੇ ਨੇ ਉਹ ਜ਼ਰੂਰ ਦੱਸਿਓ ਮੈਨੂੰ। ਠੀਕ ਹੈ, ਦੇਖੀਏ, ਤੁਹਾਨੂੰ ਪਤਾ ਵੀ ਹੈ, ਤੁਸੀਂ ਤਿਆਰੀਆਂ ਕਰ ਰਹੇ ਹੋ, ਜੇ ਖੁਦ ਤਿਆਰੀਆਂ ਕਰ ਰਹੇ ਹੋ ਤਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਪੰਜਾਬ ਪੁਲਿਸ ਵਿੱਚ ਹਾਈ ਜੰਪ ਜਿਹੜਾ ਕਿੰਨਾ ਹੈ। ਪਹਿਲਾਂ ਤੁਸੀਂ ਅੱਜ ਦੱਸਣਾ ਜਿਹੜੇ ਮੁੰਡੇ ਤਿਆਰੀ ਕਰ ਰਹੇ ਨੇ, ਠੀਕ ਹੈ, ਅਤੇ ਤੁਹਾਡਾ ਜੰਪ ਆ ਜਿਹੜਾ ਕਿੰਨਾ ਹੈਗਾ ਹੈ, ਤੁਸੀਂ ਨੇ ਹੁਣ ਤੁਹਾਡਾ ਕਿੰਨਾ ਲੱਗਦਾ ਕਿ ਤੁਸੀਂ ਇੱਦਾਂ ਦਾ ਨਹੀਂ ਕਰਦੇ ਜੀ। ਚਲੋ ਬੱਚੇ, ਬਿਲਕੁਲ ਕੋਲੋ ਜੰਪ ਚੱਕੋ, ਚਲੋ ਤੁਸੀਂ ਦੱਸੋ ਤੁਸੀਂ ਕਿਸ ਤਰ੍ਹਾਂ ਜੰਪ ਲਗਾਉਂਦੇ ਹੋ, ਜਿੱਦਾਂ ਮੁੰਡੇ ਨੇ ਲਗਾਏ ਇੱਦਾਂ ਲਗਾਉਂਦੇ, ਦੋਨੋਂ ਪਰ ਚੱਕ ਕੇ, ਜਾਂ ਜਿਸ ਤਰ੍ਹਾਂ ਮੈਂ ਕੀਤਾ ਸੀਗਾ ਤੁਸੀਂ ਉਸ ਤਰ੍ਹਾਂ ਲਗਾਉਂਦੇ ਹੋ। ਮੋਸਟਲੀ ਬੱਚਾ ਜਿਹੜਾ ਰਾਈਟ ਸਾਈਡ ਤੋਂ ਪ੍ਰੈਫਰ ਕਰਦੇ ਨੇ ਲਗਾਉਣਾ। ਇਹਦਾ ਬੱਚੇ ਤਿੰਨ ਵਾਰ ਹੋ ਗਿਆ ਸਾਰਾ, ਇਹ ਤਾਂ ਬੈਠ ਸਕਦਾ। ਤੈਨੂੰ ਪਤਾ ਨਹੀਂ ਲੱਗਦਾ ਕਿ ਮਾਰ ਰਹਾ, ਤੁਸੀਂ ਵੀ ਇੱਦਾਂ ਦੀ ਗਲਤੀ ਕਰਦੇ ਹੋਵੋਗੇ, ਉੱਥੋਂ ਆ ਕੇ ਸਟੈਪ ਆ ਜਿਹੜਾ ਕੁਛ ਹੋਰ ਚੱਕ ਲੈਂਦੇ। ਚਲੋ ਜੀ, ਚਲੋ ਸ਼ੁਰੂ। ਚਲੋ ਬੱਚੇ, ਸਾਡੇ ਥੋੜ੍ਹਾ ਬੇਸਿਕ ਕਲੀਅਰ ਨਹੀਂ ਹੈਗਾ, ਠੀਕ ਹੈ, ਥੋੜ੍ਹਾ ਬੇਸਿਕ ਕਲੀਅਰ ਕਰ ਦਿਓ। ਸਾਰੇ ਬੋਇਜ਼ ਆ ਜਾਓ ਇੱਧਰ, ਪੁੱਤ ਸਾਰੇ ਨਵੇਂ ਪੁਰਾਣੇ ਸਾਰੇ ਆਓ ਜਲਦੀ। ਜੰਪ ਲੈ ਕੇ, ਜੰਪ ਲੈ ਕੇ ਉਸ ਸਾਈਡ ਫੇਸ ਕਰੋ, ਮੇਰੇ ਵਾਲੀ ਫੇਸ ਕਰੋ, ਜੰਪ ਲੈ ਕੇ ਪਾਣੀ ਪੀਓ, ਬੋਲ ਤਾਂ ਆ ਜਾਓ ਸਾਰੇ ਆ ਜਾਓ ਸਰ, ਤੁਹਾਡੇ ਵਾਸਤੇ ਪਾਣੀ ਸਰ। ਹਾਂਜੀ, ਮੇਰੇ ਵੱਲ ਦੇਖੋ, ਮੇਰੇ ਵੱਲ ਦੇਖੋ, ਬੋਇਜ਼ ਮੇਰੇ ਵੱਲ ਦੇਖੋ, ਗਲਤ ਕਰ ਰਿਹਾ ਪੁੱਤ। ਸ਼ਾਬਾਸ਼ ਸ਼ਾਬਾਸ਼, ਲੱਤਾਂ ਸਿੱਧੀਆਂ ਰੱਖੋ ਪੁੱਤ, ਸਿੱਧੀ ਲੱਤ ਰੱਖ, ਸ਼ਾਬਾਸ਼, ਸਿੱਧੀ ਲੱਤ ਰੱਖ, ਮੇਰੇ ਵੱਲ ਦੇਖ, ਉਹ ਮੇਰੇ ਵੱਲ ਦੇਖ, ਮੈਂ ਸੋਹਣਾ ਨਹੀਂ ਹੈਗਾ, ਠੀਕ ਨਹੀਂ, ਆਪ ਆਪ ਸਾਹਮਣੇ ਦੇਖ। ਟੈਕਨੀਕ ਸੇਮ ਰੱਖੋ, ਪ੍ਰੀਤਮ ਫੈਟਾ ਆਰਮੀ ਤੋਂ ਆਏ ਉਹਨੇ ਸਾਰੇ, ਬਹੁਤ ਸੋਹਣਾ ਸਰਦਾਰੇ, ਛਾਬੇ ਛਾਬਾ ਗਾਈਸ, ਆਏ ਹਾਏ ਪਤਲਾ ਯਾਰ, ਨੀਤੀ ਨੀਕਰ ਵਾਲਾ ਛਾਬਾ ਮੁੰਡਿਆ, ਛਾਬਾ ਖਿੱਚ ਕੇ ਰੱਖ, ਆਹ ਵੀ ਮੁੰਡਾ ਬਹੁਤ ਸੋਹਣੀ ਮਿਹਨਤ ਲਾਉਂਦਾ, ਕਿਆ ਬਾਤ ਹੈ ਜੀ, ਤਾੜੀ ਤਾਂ ਬਣਦੀ, ਆ ਗਿਆ ਸ਼ੇਰ ਸਾਡਾ, ਆਏ ਹਾਏ ਕਿਆ ਬਾਤ ਹੈ ਜੀ, ਛਾਬਾ ਸਰਦਾਰੇ, ਗੋਰਾ ਚਿੱਟਾ ਸਰਦਾਰ ਸਾਡਾ ਪੰਜਾਬ ਪੁਲਿਸ ਵਾਲਾ, ਬਹੁਤ ਸੋਹਣਾ ਹੋ ਗਿਆ ਜੀ।
ਚਲੋ ਬੁੱਤ ਪੀ ਲਿਆ ਪਾਣੀ ਆ ਜਾਓ ਸਾਰੇ ਫਿਰ ਇੱਧਰ ਚੱਲ ਮੈਂ ਵੀ ਲਾਵਾਂ ਇੱਧਰ ਬਣਾ ਤੁਸੀਂ ਦੋਸਤੋ ਕਮੈਂਟ ਜ਼ਰੂਰ ਕਰਨਾ ਤੁਸੀਂ ਕਿੱਥੋਂ ਇਹ ਵੀਡੀਓ ਦੇਖ ਰਹੇ ਹੋ ਠੀਕ ਹੈ ਚਲੋ 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 ਸਬਾਸ਼ ਬੈਕ ਸਾਈਡ ਤੇ ਆਪਣੇ ਪਲੇ ਚ ਰਹੀ ਹਾਂ ਦਿਖਾ ਦਿੰਦੇ ਹਾਂ ਠੰਡਾ ਯਾਰ ਬੁੜੀਆਂ ਵਿਚਾਰੀਆਂ ਬੇਸਿਕ ਦਿਨ ਹਲੇ ਇਸ ਤੋਂ ਬਾਅਦ ਇਹਨਾਂ ਦੀ ਵਾਰੀ ਆ ਹੁਣ ਆਪਣੇ ਮੁੰਡੇ ਚੱਲ ਰਹੇ ਨੇ ਹਾਂ ਨਾ ਮੜਾ ਖੜੇ ਤੇ ਉਹ ਸਾਹਿਲ ਪਰਲੇ ਪਾਸੇ ਖੜ ਪੁੱਤ ਮੜਾ ਸੈਂਟਰ ਦੇ ਸੈਂਟਰ ਇੱਕ ਲੈਵਲ ਹੋਰ ਅਪ ਕਰ ਲੈ ਇੱਕ ਲੈਵਲ ਹੋਰ ਨੀਚੇ ਸ਼ਾਬਾਸ਼ ਗੁੱਡ ਬਹੁਤ ਵਧੀਆ ਟੈਕਨੀਕ ਦੀ ਗੱਲ ਆ ਜਿਹਨੂੰ ਟੈਕਨੀਕ ਆ ਗਈ ਉਹ ਸੀ ਦੀ ਆ ਸਾਰਾ ਉਹਦੇ ਲਈ ਸਟਾਰਟ ਸ਼ਾਬਾਸ਼ ਬਹੁਤ ਵਧੀਆ ਬਹੁਤ ਵਧੀਆ ਬਹੁਤ ਵਧੀਆ ਦੋਸਤੋ ਗੱਦਾ ਦਾ ਹੋਣਾ ਤੁਹਾਡੇ ਲਈ ਬਹੁਤ ਜ਼ਿਆਦਾ ਜ਼ਰੂਰੀ ਹੈ ਠੀਕ ਹੈ ਗੱਦਾ ਨਾ ਹੋਵੇ ਤਾਂ ਫਿਰ ਤੁਹਾਨੂੰ ਮੁਸ਼ਕਿਲ ਆਉਂਦੀ ਕਿਉਂਕਿ ਤੁਹਾਡਾ ਜਿਹੜਾ ਲਾਸਟ 'ਤੇ ਜੰਪ ਆ ਉਹ ਵੀ ਤੁਹਾਡਾ ਨਾ ਗੱਦੇ 'ਤੇ ਹੀ ਹੋਣਾ ਠੀਕ ਹੈ ਹਾਂ ਜਿੱਥੇ ਤੁਸੀਂ ਪ੍ਰੈਕਟਿਸ ਕਰਦੇ ਤਾਂ ਉੱਥੇ ਗੱਦਾ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਧਿਆਨ ਆਪੋ ਧਿਆਨ ਹਰ ਵਾਰ ਗਿਰ ਗਿਰ ਕੇ ਹੀ ਤੁਸੀਂ ਖੜ੍ਹੇ ਹੁੰਦੇ ਬਸ ਮੇਨ ਚੀਜ਼ ਆ ਤੁਸੀਂ ਗਿਵ ਅਪ ਨਹੀਂ ਕਰਨਾ ਠੀਕ ਹੈ ਇੱਕ ਵਾਰ ਨਹੀਂ ਚਾਹੇ ਹਜ਼ਾਰ ਵਾਰ ਛੱਡ ਦਿਓ ਬਟ ਐਂਡ ਆਫ ਦਾ ਡੇ ਰਿਜ਼ਲਟ ਆ ਜਿਹੜਾ ਤੁਹਾਨੂੰ ਬੈਟਰ ਹੀ ਮਿਲੇਗਾ ਚਲੋ ਬਹੁਤ ਚਲੋ ਸ਼ਾਬਾਸ਼ ਓਕੇ ਬਣਾ